ਵਿਦੇਸ਼ ਦੀ ਧਰਤੀ ਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ, ਜਿਸ ਦੀ 15 ਨੰਬਰ ਪੌੜੀ ਦੇ ਨਾਲ ਆਇਆ ਹੋਇਆ 5ਵਾਂ ਸਲੋਕ, ਮਹੱਲਾ ਪਹਿਲਾ। ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਅੱਖੀ। ਵੇ ਤੱਗਾ ਆਪੇ ਵੱਤੈ ਵਟ ਧਾਗੇ ਅਵਰਾ ਕੱਤੈ। ਲੈ ਪਹਾੜ ਕਰੇ ਵੀ ਆਹੋ, ਕੱਢ ਕਾਗਲ ਦੱਸੇ ਰਾਹ। ਸੁਣ ਵੇਖੋ ਲੋਕਾਂ ਇਹੋ ਵਿਡਾਣ, ਮਨ ਅੰਧਾ ਨਾ ਸੁਜਾਣ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਤਾਗੇ ਦੀ, ਕਿਉਂਕਿ ਲਗਾਤਾਰ ਇੱਕ ਵਿਸ਼ਾ ਚੱਲ ਰਿਹਾ ਹੈ ਜੋ ਜਨੇਊ ਦਾ, ਤਾਂ ਉਹਨੂੰ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਪਹਿਲੇ 3 ਸਲੋਕਾਂ ਦੇ ਵਿੱਚ ਸਤਿਗੁਰਾਂ ਨੇ ਵਰਣਨ ਕੀਤਾ ਹੈ, ਉੱਥੇ ਇਸ 4 ਸਲੋਕ ਦੇ ਵਿੱਚ ਵੀ ਮਹਾਰਾਜ ਕਹਿੰਦੇ ਤਗ ਨਾ ਇੰਦਰੀ। ਕਹਿੰਦੇ ਅਸਲ ਵਿੱਚ ਜਿੱਥੇ ਧਾਗਾ ਗਲ ਵਿੱਚ ਪਾਇਆ ਨਾ, ਕਹਿੰਦੇ ਪੰਡਿਤ ਨੇ ਆਪਣੇ ਇੰਦਰੀਆਂ ਅਤੇ ਨਾੜੀਆਂ ਨੂੰ ਇਹੋ ਜਿਹਾ ਜਨੇਊ ਨਹੀਂ ਪਾਇਆ, ਭਾਵ ਕਿ ਉਹ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕੰਟਰੋਲ ਵਿੱਚ ਕੀਤਾ ਕਿ ਉਹ ਵਿਕਾਰਾਂ ਵਾਲੇ ਪਾਸੇ ਨਾ ਜਾਣ, ਔਗਣਾਂ ਵਾਲੇ ਪਾਸੇ ਨਾ ਜਾਣ, ਇਸ ਪਾਸੇ ਨਹੀਂ ਕੀਤਾ, ਇਸ ਪਾਸੇ ਨਹੀਂ ਤੁਰਿਆ। ਫਿਰ ਕਹਿੰਦੇ ਆ ਕਿ ਭਲਕੇ ਥੁੱਕ ਪਵੇ ਨਿਤ ਦਾੜੀ। ਕਹਿੰਦੇ ਨਿਤ ਹਰ ਰੋਜ਼ ਉਸਦੀ ਬੇਇੱਜ਼ਤੀ ਹੁੰਦੀ ਹੈ ਪੈਰਾਂ ਨੂੰ, ਕਹਿੰਦੇ ਉਹਦੇ ਭਲਕੇ ਥੁੱਕ ਪਵੇ ਨਿਤ ਦਾੜੀ। ਤਾਂ ਪਵੇ ਦਾ ਅਰਥ ਹੀ ਹੈ ਦਾੜੀ, ਥੁੱਕ ਪਵੇ ਦਾ ਭਾਵ ਹੈ ਬੇਇੱਜ਼ਤ ਹੁੰਦਾ ਹੈ, ਉਹਨੂੰ ਬੇਇੱਜ਼ਤ ਹੋਣਾ ਪੈਂਦਾ ਇਹਨਾਂ ਚੀਜ਼ਾਂ ਦੇ ਕਰਕੇ, ਤਾਂ ਇਸ ਪਾਸਿਓਂ ਹਟਿਆ ਨਹੀਂ। ਫਿਰ ਨਾਲ ਕਹਿੰਦੇ ਆ ਕਿ ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਵਾ ਤਗ ਨਾ ਅੱਖੀ। ਕਹਿੰਦੇ ਨਾ ਤਾਂ ਉਹਨੇ ਅਜਿਹਾ ਹੱਥਾਂ ਨੂੰ ਜਨੇਊ ਨਹੀਂ ਪਾਇਆ ਕਿ ਉਹ ਮੰਦੇ ਕੰਮ ਨਾ ਕਰਨ, ਹੱਥਾਂ ਨੂੰ ਮੰਦੇ ਕੰਮ ਕਰਨ, ਪਰਾਇਆ ਹੱਕ ਖੋਣ ਤੋਂ ਰੋਕਣਾ। ਔਰ ਨਾਲ ਅਗਲਾ ਬਚਨ ਕਹਿੰਦੇ ਆ ਕਿ ਤਗ ਨਾ ਜੇਵਾ। ਕਹਿੰਦੇ ਫਿਰ ਉਹਨੇ ਇਹਨਾਂ ਪੈਰਾਂ ਨੂੰ ਨਹੀਂ ਪਾਇਆ ਕਿ ਭੈੜੇ ਪਾਸੇ ਨਾ ਜਾਣ, ਮੰਦੇ ਪਾਸੇ ਨਾ ਤੁਰਨ, ਹੱਥਾਂ ਨੂੰ ਨਹੀਂ ਪਾਇਆ ਮੰਦਾ ਕੰਮ ਨਾ ਕਰਨ, ਫਿਰ ਉਹਦੇ ਨਾਲ ਨਾਲ ਜੀਵ ਨੂੰ ਨਹੀਂ ਜਨੇਊ ਪਾਇਆ ਕਿ ਉਹ ਮੰਦੇ ਕੰਮ ਕਰ, ਜੀਵ ਜਿਹੜੀ ਹੈ ਉਹ ਪਰਾਈ ਨਿੰਦਾ ਚੁਗਲੀ ਇਹਨਾਂ ਪਿੱਛਾਂ ਚੀਜ਼ਾਂ ਤੋਂ ਹਟ ਸਕੇ। ਅੱਖਾਂ ਨੂੰ ਐਸਾ ਜਨੇਊ ਨਹੀਂ ਪਾਇਆ ਕਿ ਪਰਾਈ ਇਸਤਰੀ ਵੱਲ ਤੱਕਣਾ, ਪਰਾਇਆ ਰੂਪ ਤੱਕਣ ਤੋਂ ਹਟ ਜਾਣ। ਕਹਿੰਦੇ ਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਝਿਆ ਹੋਇਆ ਭਟਕਦਾ ਹੈ। ਵੇ ਤੱਗਾ ਆਪੇ ਵੱਤੈ, ਭਟਕ ਰਿਹਾ ਹੈ। ਵੱਟ ਧਾਗੇ ਅਵਰਾ ਕੱਤੈ, ਲੇਕਿਨ ਧਾਗੇ ਵੱਟ ਵੱਟ ਕੇ ਦੂਸਰਿਆਂ ਨੂੰ ਇਹ ਪਾ ਰਿਹਾ ਹੈ, ਆਪ ਨਹੀਂ ਪਾਇਆ ਇਹਨਾਂ ਚੀਜ਼ਾਂ ਤੋਂ, ਆਪ ਵਿਹੂਣਾ ਹੈ, ਨਾ ਅੱਖਾਂ ਕੰਟਰੋਲ ਵਿੱਚ ਨੇ, ਨਾ ਕੰਨ, ਨਾ ਨਾ ਉਹ ਹੱਥ, ਨਾ ਪੈਰ, ਨਾ ਅੱਖਾਂ, ਨਾ ਜੇਬਾ, ਕੁਝ ਵੀ ਨਹੀਂ, ਨਾ ਹੱਥ। ਪਰ ਕਹਿੰਦੇ ਦੂਸਰਿਆਂ ਨੂੰ ਧਾਗੇ ਵੱਟ ਵੱਟ ਕੇ ਪਿਆ ਪਾਉਂਦਾ ਹੈ, ਹੋਰਨਾਂ ਨੂੰ ਪਾਉਂਦਾ, ਆਪਣੇ ਹੀ ਜਜਮਾਨਾ। ਫਿਰ ਅਗਲੀ ਗੱਲ ਕਹਿੰਦੇ ਲੋਭ ਵਿੱਚ ਫਸਿਆ, ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦਕਸ਼ਣਾ ਲੈ ਲੈ ਕੇ ਕਰਦਾ। ਲੈ ਪਹਾੜ, ਪਹਾੜ ਦਾ ਅਰਥ ਇੱਥੇ ਹੈ ਪਹਾੜਾ, ਜਿਵੇਂ ਆਪਾਂ ਅੱਜ ਕਿਰਾਇਆ ਕਹਿੰਦੇ ਹਾਂ ਨਾ, ਰੈਂਟ ਕਹਿੰਦੇ ਹਾਂ, ਜਾਂ ਤੁਸੀਂ ਕਿਸੇ ਬੱਸ ਵਿੱਚ ਸਫ਼ਰ ਕਰਦੇ ਹੋ ਹੋਰ, ਤਾਂ ਉਹ ਕਿਰਾਇਆ, ਇੱਥੇ ਪਹਿਲੇ ਬਜ਼ੁਰਗ ਪਹਾੜਾ ਕਹਿੰਦੇ ਸਨ। ਕਹਿੰਦੇ ਪਹਾੜਾ ਲੈ ਕੇ, ਭਾਵ ਕਿ ਧਨ ਤੋਂ ਬਗੈਰ ਕਿਸੇ ਦੀਆਂ ਲਾਵਾਂ ਨਹੀਂ ਕਰਾਉਂਦਾ, ਸ਼ਾਦੀ ਨਹੀਂ ਕਰਾਉਂਦਾ। ਹੁਣ ਤਾਂ ਸਾਡੇ ਲੋਕਾਂ ਵਿੱਚ ਵੀ ਇਹੋ ਜਿਹਾ ਕੁਝ ਹੋ ਗਿਆ, ਉਹਦੇ ਧਨ ਦਿਓਗੇ ਤਾਂ ਕਰਾਵਾਂਗੇ, ਨਹੀਂ ਤਾਂ ਨਹੀਂ ਕਰਾਵਾਂਗੇ। ਜਦਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਚਨ ਆਖਿਆ, ਸਾਈ ਪੁੱਤਰੀ ਤੇਰੀ ਸਾ ਜਜਮਾਨ ਕੀ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਨ ਖਾਧ ਹੈ ਤੇਰਾ ਜਨਮ ਗਿਆ। ਕਹਿੰਦੇ ਉਹ ਤੇਰੀ ਧੀ ਵਰਗੀ ਉਹ ਧੀ ਸੀ। ਤਾਂ ਕਹਿੰਦੇ ਲੈ ਪਹਾੜ ਕਰੇ ਵੀ ਆਹੋ, ਲੋਭ ਵਿੱਚ ਹੈ ਉਹਨੂੰ, ਉਹਨੂੰ ਤੱਗ ਨਹੀਂ ਪਾਇਆ ਕਿ ਆਪਣੇ ਲੋਭ ਨੂੰ ਕੰਟਰੋਲ ਕਰ ਸਕੇ। ਔਰ ਕੱਢ ਕਾਗਲ ਦੱਸੇ ਰਾਹੋ, ਕਹਿੰਦੇ ਪੱਤਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ। ਕਾਗਲ ਦਾ ਅਰਥ ਇੱਥੇ ਪੱਤਰੀ ਤੋਂ ਹੈ, ਭਾਵ ਕਿ ਪੱਤਰੀ ਵਾਚ ਕੇ ਕੱਢ ਕਾਗਲ ਦੱਸੇ ਰਾਹੋ। ਕਹਿੰਦੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਉਹ ਕਰ ਰਿਹਾ ਹੈ,
ਉਹਦੇ ਤੋਂ ਅਗਲਾ ਬਚਨ ਕਹਿੰਦੇ ਆ, ਹੇ ਲੋਕੋ ਸੁਣੋ, ਸੁਣ ਵੇਖੋ ਲੋਕਾ, ਕਹਿੰਦੇ ਇਹ ਬਾਤ ਨੂੰ ਧਿਆਨ ਨਾਲ ਵੇਖੋ, ਸੁਣ ਵੇਖੋ ਲੋਕਾ, ਇਹੋ ਵਿਡਾਣ, ਕਹਿੰਦੇ ਬੜੀ ਵਿਡਾਣ ਦਾ ਅਰਥ ਹੁੰਦਾ ਹੈਰਾਨ ਕਰਨ ਵਾਲਾ, ਇਹ ਚਰਜ ਤਮਾਸ਼ਾ ਆ ਕਿ ਭਾਈ ਆਪ ਤਾਂ ਮਨੋਂ ਅੰਨਾ ਹੈ ਲੇਕਿਨ ਮਨ ਅੰਧਾ ਨਾ ਸੁਜਾਣ। ਕਹਿੰਦੇ ਆਪ ਮਨੋ ਅੰਧਾ ਪਰ ਆਪਣਾ ਨਾਮ ਰਖਾਇਆ ਹੋਇਆ ਸਿਆਣਾ, ਮਨ ਅੰਧਾ ਨਾ ਸੁਜਾਣ, ਹੈ ਅੰਨਾ ਆ ਲੇਕਿਨ ਆਪਣਾ ਨਾਮ ਸਿਆਣਾ ਰਖਵਾਈ ਬੈਠਾ, ਇਹੋ ਜਿਹੇ ਕਰਮ ਕਰਦਾ। ਹੁਣ ਇਹ ਜਿਹੜੇ ਸਾਹਿਬ ਨੇ ਆਖਿਆ ਵੀ ਨਾ ਤੇ ਤਗ ਨਾ ਪੈਰੀਂ, ਤਗ ਨਾ ਹੱਥੀਂ, ਤਗ ਨਾ ਜੇਵਾ, ਤਗ ਨਾ ਅੱਖੀਂ, ਇਹ ਜਿੰਨੇ ਸ਼ਬਦ ਮਹਾਰਾਜ ਨੇ ਆਖੇ ਕਿ ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨੇ ਦਾੜੀ, ਤਗ ਨਾ ਪੈਰੀਂ, ਤਗ ਨਾ ਹੱਥੀਂ, ਤਗ ਨਾ ਜੇਵਾ, ਤਗ ਨਾ ਅੱਖੀਂ, ਵੇ ਤੱਗਾ ਆਪੇ ਵੱਤਾ, ਆਪ ਵੇ ਤੱਗਾ ਇਹਨਾਂ ਚੀਜ਼ਾਂ ਤੋਂ ਭਾਵ ਕਿ ਜਿਹੜੇ ਅਸਲ ਵਿੱਚ ਜਿਨ੍ਹਾਂ ਨੂੰ ਧਾਗਾ ਪਾਉਣਾ ਚਾਹੀਦਾ ਸੀ, ਜਿਸ ਚੀਜ਼ ਨੂੰ ਰੋਕਣਾ ਚਾਹੀਦਾ ਸੀ, ਜੋ ਧਾਰਨ ਕਰਨ ਵਾਲੀ ਚੀਜ਼ ਸੀ। ਸੁਖਮਨੀ ਸਾਹਿਬ ਵਿੱਚ ਇੱਕ ਬਚਨ ਪੜ੍ਹੋਗੇ ਆਪ ਜੀ, ਇਕੱਲੇ ਇਕੱਲੇ ਅੰਗ ਦੀ ਗੱਲ ਕੀਤੀ, ਸਾਹਿਬ ਕਹਿੰਦੇ ਆ ਕਿ ਪਰ ਤੇਰੇ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਇਹ ਅੱਖਾਂ ਪਰਾਇਆ ਰੂਪ ਨਾ ਵੇਖਣ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕਹੋ ਮੰਦਾ, ਇਹ ਕਿਸੇ ਦੀ ਨਿੰਦਿਆ ਨਾ ਸੁਣ ਕੰਨ, ਇਸ ਚੀਜ਼ ਨਾ ਇਸ ਚੀਜ਼ ਦਾ ਆਪਣੇ ਉੱਤੇ ਰੋਕ ਲਾਉਣੀ ਹੈ। ਫਿਰ ਮਹਾਰਾਜ ਇੱਕ ਥਾਂ 'ਤੇ ਕਹਿੰਦੇ ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਕਹਿੰਦੇ ਇਹ ਕੰਨ ਝੂਠੇ ਜੇ ਪਰਾ, ਜਦੋਂ ਇਹ ਹੱਥ ਝੂਠੇ ਜੇ ਪਰਾਇਆ ਦਰਬ, ਪਰਾਇਆ ਧਨ ਖੋਹਣ ਲਈ ਤਿਆਰ ਰਹਿੰਦੇ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ। ਫਿਰ ਕਹਿੰਦੇ ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ, ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਕਹਿੰਦੇ ਦੇਹੀ ਸਫਲ ਹੋ ਸਕਦੀ ਹੈ, ਥਾਂ ਪੈ ਸਕਦੀ ਹੈ, ਜੇ ਕਿਤੇ ਉਸ ਹਰੀ ਦਾ, ਉਸ ਪਰਮੇਸ਼ਰ ਦਾ ਨਾਮ ਜਪਣਾ ਕਰੇ, ਉਹਦਾ ਨਾਮ ਅਰਾਧਨਾ ਕਰੇ, ਨਹੀਂ ਤਾਂ ਨਹੀਂ। ਤਾਂ ਮਹਾਰਾਜ ਕਹਿੰਦੇ ਆ ਕਿ ਸੁਣ ਵੇਖੋ ਲੋਕਾਂ, ਇਹੋ ਵਿਡਾਣ ਮਨ ਅੰਧਾ ਨਾ ਉਸ ਜਾਣ। ਕਹਿੰਦੇ ਤਾਂ ਲੋਭ ਦਾ ਮਾਰਿਆ ਕਿਸੇ ਦੀ ਧੀ ਦਾ ਵੀ ਵਿਆਹ ਕਰਨਾ ਹੈ, ਪੜ੍ਹਨਾ ਹੈ ਤਾਂ ਦਾ ਕਿ ਮੈਨੂੰ ਪਹਾੜਾ ਚਾਹੀਦਾ, ਲੈ ਪਹਾੜ ਕਰੇ ਵੀ ਆਹੋ, ਕੱਢ ਕਾਗਲ ਦੱਸੇ ਰਾਹੋ। ਕਹਿੰਦੇ ਪੱਤਰੀ ਸੋਧ ਸੋਧ ਕੇ ਆਪਣੇ ਵੱਲੋਂ ਫਿਰ ਰਸਤਾ ਦੱਸਦਾ ਹੈ। ਤਾਂ ਕਹਿੰਦੇ ਤਾਂ ਬੜੀ ਹਾਸੋਹੀਣੀ ਬਾਤ ਹੈ ਕਿ ਸੁਣ ਵੇਖੋ ਲੋਕਾਂ ਇਹੋ ਵਿਡਾਣ, ਕਹਿੰਦੇ ਤਾਂ ਅਚਰਜ ਤਮਾਸ਼ਾ ਹੈ, ਬੜਾ ਹੈਰਾਨ ਕਰਨ ਵਾਲਾ ਕਿ ਮਨ ਅੰਧਾ ਨਾ ਸੁਜਾਣੇ। ਮਹਾਰਾਜ ਨੇ ਉਸ ਵਕਤ ਦੇ ਪੁਜਾਰੀ ਵਰਗ ਦੇ ਉੱਤੇ ਸੱਟ ਮਾਰੀ, ਉਹਨਾਂ ਦੇ ਅਖਲਾਕ ਦੇ ਵਿੱਚ ਜਿਹੜੀ ਗਿਰਾਵਟ ਆਈ ਹੈ, ਜਿਸ ਨੂੰ ਅਸੀਂ ਅੱਜ ਵੀ ਜਦੋਂ ਤੱਕਾਂਗੇ ਵੇਖਾਂਗੇ, ਮਹਾਰਾਜ ਨੇ ਉਸ ਵਕਤ ਵੀ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਆਖਿਆ ਕਿ ਭਾਈ ਦੂਸਰਿਆਂ ਦੇ ਗਲ ਤਾਂ ਪਾ ਰਿਹਾ ਹੈ, ਲੇਕਿਨ ਜਿਵੇਂ ਬਾਬਾ ਕਬੀਰ ਜੀ ਦਾ ਸਲੋਕ, ਕਬੀਰ ਅਵਰੈ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰੱਖ ਤੇ ਖਾਇਆ ਕਰਕਾ ਖੇਤ। ਕਹਿੰਦੇ ਬੇਰਾਨੀ ਰਾਸ ਉਹਦੀ ਤਾਂ ਰਖਵਾਲੀ ਕਰਦਾ ਰਿਹਾ ਲੇਕਿਨ ਆਪਣਾ ਘਰ ਲੁੱਟਿਆ ਗਿਆ, ਇਸ ਪਾਸੇ ਧਿਆਨ ਨਾ ਦਿੱਤਾ। ਤਾਂ ਕਹਿੰਦੇ ਫਿਰ ਹੈ ਕਮਲਾ, ਮਨ ਅੰਧਾ, ਮਨ ਦਾ ਅੰਨਾ ਹੈ ਲੇਕਿਨ ਆਪਣਾ ਨਾਂ ਜਿਹੜਾ ਹੈ ਉਹ ਸੁਜਾਣ ਰਖਵਾਇਆ ਹੋਇਆ ਹੈ, ਸੁਜਾਨਤਾ ਨੂੰ ਪ੍ਰਗਟ ਕਰਦਾ ਕਿ ਮੈਂ ਸੁਜਾਣ ਹਾਂ, ਸਿਆਣਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ ਅਸਲ ਵਿੱਚ ਜਿਹੜਾ ਧਾਗਾ ਆ ਉਹ ਤੂੰ ਆਪਣੇ ਇੰਦਰੀਆਂ ਨੂੰ ਪਾਉਣਾ ਸੀ, ਇਹਨਾਂ ਇੰਦਰੀਆਂ ਨੂੰ ਵਸ ਵਿੱਚ ਕਰ ਦਿਉ ਤਾਂ ਕਿ ਉਸ ਮਾਲਕ ਦੇ ਦਰ 'ਤੇ ਤੇਰੇ ਇਹ ਇੰਦਰੇ ਜਿਹੜੇ ਨੇ ਉਹ ਸਾਹਿਬ ਦੇ ਘਰ ਦੇ ਵਿੱਚ ਪ੍ਰਵਾਨ ਚੜ੍ਹਦੇ, ਉਹ ਮਾਲਕ ਦੇ ਘਰ ਦਰ ਦੇ ਵਿੱਚ ਇਹਨਾਂ ਇੰਦਰੀਆਂ ਨੂੰ, ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਆਪਣੇ ਵਸ ਵਿੱਚ ਨਹੀਂ ਕਰਦਾ, ਇਹ ਇੰਦਰੇ ਤੇਰੇ ਅਨੁਸਾਰੀ ਨਹੀਂ ਹੁੰਦੇ, ਤਾਂ ਫਿਰ ਉਸ ਮਾਲਕ ਦੀ, ਕਿਉਂਕਿ ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ, ਫਿਰ ਤਾਂ ਪਰਮਾਰਥ ਵਿੱਚ ਪ੍ਰਵੇਸ਼ ਹੀ ਨਹੀਂ ਹੈ। ਤਾਂ ਜਿੱਥੇ ਅਸੀਂ ਬਾਹਰਲੇ ਚਿੰਨ ਜਿਹੜੇ ਬੰਦਾ ਧਾਰਨ ਕਰਦੇ, ਜਿਵੇਂ ਮਹਾਰਾਜ ਨੇ ਇੱਕ ਇੱਕ ਅੰਗ ਦੱਸਿਆ ਵੀ ਇਹਨਾਂ ਨੂੰ ਇਹਨਾਂ ਔਗਣਾਂ ਵੱਲੋਂ ਹਟਾ ਤਾਂ ਕਿ ਮਾਲਕ ਦੇ ਦਰ 'ਤੇ ਤੇਰਾ ਇਹ ਜੀਵਨ ਮੁਕੰਮਲ ਤੌਰ 'ਤੇ
ਉਹ ਸਾਹਿਬ ਨੂੰ ਭਾ ਜਾਏ ਔਰ ਉਹ ਤੈਨੂੰ ਆਪਣੀ ਗਲ ਵਕੜੀ ਵਿੱਚ ਲਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।